ਕਿੰਨਾ ਕੁ ਮੌਕਾ ਦੇਵੋਗੇ, ਕਿੰਨੀ ਵਾਰੀ ਆਪਾਂ ਉਹਨਾਂ ਨੂੰ ਮੌਕਾ ਦੇਵਾਂਗੇ? ਦੋ ਵਾਰ ਐਮ ਪੀ ਬਣਾ ਤਾ, ਦੱਸੋ ਇੱਕ ਇੱਕ ਗੱਲ ਕੀਤੀ? ਚਲੋ ਐਮ ਪੀ ਬਣ ਕੇ ਹੁਣ ਤਾਂ ਮੁੱਖ ਮੰਤਰੀ ਬਣ ਗਿਆ, ਹੁਣ ਤਾਂ ਨਹੀਂ ਕਹਿ ਸਕਦਾ ਮੇਰੇ ਕੋਲ ਤਾਕਤ ਨਹੀਂ ਹੈ। ਹੁਣ ਤਾਂ 2.5-3 ਸਾਲ ਹੋ ਗਏ, ਕਿਹੜਾ ਮਿਲ ਸਕਦਾ ਮੈਨੂੰ ਦੱਸੋ? ਕੋਈ ਇਹਦਾ ਵਰਕਰ ਤੁਹਾਡੇ ਪਿੰਡ ਦਾ ਕਹੋ ਕਿ ਮੁੱਖ ਮੰਤਰੀ ਨੂੰ ਮਿਲਣ ਜਾਣਾ, ਉਹ ਮਿਲ ਜੂਗਾ? ਮੈਂ ਸ਼ਰਤ ਲਾਉਣਾ ਉਹਨੂੰ ਅੰਦਰ ਵੜ ਨਹੀਂ ਦੇਣਗੇ। ਅਤੇ ਬਾਪੂ ਬਾਦਲ ਨੂੰ ਕੋਈ ਮਰਜ਼ੀ ਜਾ ਕੇ ਮਿਲ ਸਕਦਾ ਸੀ, ਕਿਸ ਕੋਈ ਮਰਜ਼ੀ ਜਾ ਕੇ ਮਿਲ ਸਕਦਾ ਸੀ। ਤਾਂਹੀਓ ਮੈਂ ਕਿਹਾ ਲੀਡਰ ਇੱਕ ਰਾਤ 'ਚ ਪੈਦਾ ਨਹੀਂ ਹੁੰਦੇ। ਇਹ ਜੇ ਲੀਡਰ ਜਿਹੜੇ ਇੱਕ ਰਾਤ 'ਚ ਲੀਡਰ ਬਣਨਾ ਚਾਹੁੰਦੇ ਹੈ, ਉਹ ਮਰਵਾਉਣਗੇ ਸਾਰੀ ਕੌਮ ਨੂੰ ਅਤੇ ਪੰਜਾਬ ਨੂੰ ਅਤੇ ਦੂਜੇ ਸੂਬਿਆਂ ਨੂੰ ਜਿਹੜੇ ਇੱਕ ਰਾਤ 'ਚ ਬਣਨਾ ਚਾਹੁੰਦੇ ਹੈ। ਇੱਕ ਰਾਤ 'ਚ ਪਾਰਟੀਆਂ ਨਹੀਂ ਖੜੀਆਂ ਹੁੰਦੀਆਂ ਕਿ ਅੱਜ ਅਸੀਂ ਪਾਰਟੀ ਬਣ ਗਈ। ਪਾਰਟੀਆਂ ਖੜੀਆਂ ਹੁੰਦੀਆਂ ਇਤਿਹਾਸ ਨਾਲ। ਅਕਾਲੀ ਦਲ ਦਾ ਇਤਿਹਾਸ ਹੈ, ਸ਼ਹਾਦਤ ਦਾ ਇਤਿਹਾਸ ਹੈ, ਕੁਰਬਾਨੀਆਂ ਦਾ ਇਤਿਹਾਸ ਹੈ। ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਅਕਾਲੀ ਦਲ ਦੇ ਲੀਡਰ ਦੇ ਵਰਕਰਾਂ ਨੇ ਕੀਤੀਆਂ। ਆਜ਼ਾਦੀ ਦੇ ਬਾਅਦ ਵੀ ਜੇ ਕੋਈ ਗਰੀਬ ਦੀ ਲੜਾਈ ਹੈ, ਕਿਸਾਨ ਦੀ ਲੜਾਈ ਹੈ, ਮਜ਼ਦੂਰ ਦੀ ਲੜਾਈ ਹੈ, ਜੇ ਪੰਜਾਬ ਦੇ ਹੱਕਾਂ ਦੀ ਗੱਲ ਹੈ, ਜੇ ਬੋਲਿਆ ਅਤੇ ਲੜਿਆ ਇਕੱਲਾ ਅਕਾਲੀ ਦਲ ਹੈ। ਮੈਨੂੰ ਇੱਕ ਦੱਸ ਦਿਓ ਕੋਈ ਬੰਦਾ ਗਿਆ ਹੋਰ ਕੋਈ ਪਾਰਟੀ ਲੜਿਆ ਹੋਵੇ। ਅਤੇ ਆਪਾਂ ਅੱਜ ਅਕਾਲੀ ਦਲ ਨੂੰ ਸਾਰੇ ਚਿੰਬੜੇ ਪਏ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਆਪਾਂ ਕੌਮ ਨੂੰ ਖਤਮ ਕਰਨਾ ਹੈ, ਆ ਸਾਰੀਆਂ ਦਿੱਲੀ ਦੀਆਂ ਪਾਰਟੀਆਂ, ਜਿੰਨੀ ਪਾਰਟੀਆਂ, ਤਾਕਤਾਂ, ਏਜੰਸੀਆਂ, ਉਹਨਾਂ ਨੂੰ ਪਤਾ ਹੈ ਕਿ ਜੇ ਸਿੱਖ ਕੌਮ ਜਿਹੜੀ ਇੰਨੀ ਬਹਾਦਰ ਕੌਮ ਹੈ, ਜੇ ਉਹਨੂੰ ਕੰਟਰੋਲ 'ਚ ਕਰਨਾ, ਕਮਜ਼ੋਰ ਰੱਖਣਾ ਤਾਂ ਕੰਟਰੋਲ ਹੋਊਗੀ। ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰ ਦਿਓ, ਐਸ ਜੀ ਪੀ ਸੀ ਜਿੱਥੋਂ ਤਾਕਤ ਆਉਂਦੀ ਹੈ ਉਹਨੂੰ ਤੋੜ ਦਿਓ। ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਸੁਪਰੀਮ ਅਥਾਰਿਟੀ ਹੈ, ਉਹਦਾ ਕਿਵੇਂ ਨਾ ਕਿਵੇਂ ਕੰਟਰੋਲ ਘਟਾ ਦਿਓ। ਆ ਇਹਨਾਂ ਦੀਆਂ ਸਾਚਾਂ ਆਪਾਂ ਸਮਝਦੇ ਨਹੀਂ। ਹੁਣ ਵੀ ਆਪਾਂ ਤਾਂ ਹਾਰ ਗਏ, ਤੁਸੀਂ ਕੋਈ ਟੀ ਵੀ ਦੇਖ ਲਓ, ਕੋਈ ਟੀ ਵੀ ਦੇਖ ਲਓ, ਕੋਈ ਲੀਡਰ ਦਾ ਬਿਆਨ ਦੇਖ ਲਓ, 15 ਮਿੰਟ ਰੋਜ਼ ਮੇਰੇ 'ਤੇ ਲਾਉਣਗੇ। ਮੈਂ ਕਿਹਾ ਹੁਣ ਤਾਂ ਤੁਸੀਂ ਵੋਟਾਂ ਵੀ ਨਹੀਂ ਪਾਈਦਾ ਰਹਿ ਗਈ, ਅੱਜ ਤਾਂ 12 ਹਲੇ ਵੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ 15 ਦਿਨ ਨਾ ਕਾਂਗਰਸੀ ਆਪ 'ਤੇ ਕਰਨ, ਨਾ ਆਪ ਵਾਲੇ ਕਾਂਗਰਸ, ਸਾਰੇ ਰਲੇ ਹੈ। ਹੁਣ ਭਗਵੰਤ ਮਾਨ ਦੇਖੋ, ਦੇਖੋ ਇੰਨਾ ਸ਼ਾਤਰ ਹੈ, ਅਮਿਤ ਸ਼ਾਹ ਦੇ ਨਾਲ ਜੁੜਿਆ, ਅਮਿਤ ਸ਼ਾਹ ਨੂੰ ਕਿਹਾ ਜੋ ਮਰਜ਼ੀ ਕਰੀ ਜਾਓ ਮੈਂ ਤੁਹਾਡੇ ਨਾਲ ਹਾਂ। ਤੁਸੀਂ ਦੇਖ ਲਓ, ਆ ਸੱਚੇ ਸੌਦੇ ਨੂੰ ਤਾਂ ਹਰ ਦੂਜੇ ਦਿਨ ਪਰੋਲ ਦੇ ਦਿੰਦੇ ਹੈ, ਅਤੇ ਆਪਣੇ ਬੰਦੀ ਸਿੱਖਾਂ ਨੂੰ ਕੋਈ ਬੋਲਣ ਨਹੀਂ ਤਿਆਰ ਨਹੀਂ। ਦੂਜੀ ਵੱਡੀ ਗੱਲ, ਇਹਨਾਂ ਦੀ ਪੁਲਿਸ ਨੇ ਕਿਹਾ ਸੱਚੇ ਸੌਦੇ ਨੇ ਬੇਅਦਬੀ ਕਰਾਈ, ਉਸ ਦੀ 295 ਦੀ ਫਾਈਲ ਕੇਸ ਚਲਾਉਣ ਵਾਸਤੇ ਭਗਵੰਤ ਮਾਨ ਦੇ ਦਫ਼ਤਰ 'ਚ ਪਈ ਆ, 3 ਸਾਲਾਂ 'ਚੋਂ ਦਸਖਤ ਨਹੀਂ ਕੀਤੇ। ਫਿਰ ਕੌਣ ਕੌਣ ਹੈ, ਕੌਣ ਕੀ ਹੈ, ਹਲੇ ਵੀ ਨਹੀਂ ਸਮਝਾਂਗੇ। ਪੰਜਾਬ ਨੂੰ ਬਚਾ ਲਈਏ, ਕੌਮ ਨੂੰ ਬਚਾ ਲਈਏ। ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਬੜੀਆਂ ਤਾਕਤਾਂ ਆ ਗਈਆਂ, ਬੜੀਆਂ ਤਾਕਤਾਂ ਅਜਿਹੀਆਂ ਆ ਗਈਆਂ ਜਿਨ੍ਹਾਂ ਦੀ ਸ਼ਕਲ ਅਕਾਲੀ ਦਲ ਵਾਂਗੂ ਪਹਿਰਾਵਾ ਬਣਾ ਲੈਂਦੇ ਹੈ, ਗਰਮ ਗਰਮ ਨਾਰੇ ਦੇਣਗੇ। ਆਪਾਂ ਸੋਚਦੇ ਹਾਂ ਆ ਇਹਨਾਂ ਨੇ ਆਪਾਂ ਨੂੰ ਪਤਾ ਨਹੀਂ ਕੀ ਬਣਾ ਦੇਣਾ। ਹੁਣ ਤੁਸੀਂ ਦੱਸੋ ਸਿਮਰਜੀਤ ਸਿੰਘ ਮਾਨ ਜਿਹਨੇ ਲਗਾਤਾਰ
ਨਾਲੇ ਇੱਕ ਪਾਸੇ ਖਾਲਿਸਤਾਨ ਦਾ ਨਾਰਾ ਲਾਈ ਜਾਂਦਾ ਹੈ ਤੇ ਦੂਜੇ ਪਾਸੇ ਸੰਵਿਧਾਨ ਦੀ ਗੱਲ ਕਰੀ ਜਾਂਦਾ। ਆ ਦੋ ਗੱਲਾਂ ਦੋਗਲੀਆਂ ਗੱਲਾਂ ਕਿਵੇਂ ਹੈ? ਸਿਮਰਜੀਤ ਸਿੰਘ ਮਾਨ ਜ਼ਮਾਨਤ ਤਾਂ ਜ਼ਬਤ ਹੋ ਗਈ, ਆਪਣੀ ਪਾਰਟੀ ਕਿਉਂ ਨਹੀਂ ਬੰਦ ਕਰਦਾ? ਕਿਉਂਕਿ ਬਾਹਰ ਜਾਣ ਵਾਸਤੇ ਜਿਹਨੇ ਮੁੰਡੇ ਨੇ ਬਾਹਰ ਵੀਜ਼ਾ ਲੈਣਾ, 1,00,000 ਰੁਪਇਆ ਦਿਓ ਅਤੇ ਚਿੱਠੀ ਲੈ ਲਓ। ਜਿਹੜਾ ਲੀਡਰ ਚਿੱਠੀ ਦੇਣ ਵਾਸਤੇ 1,00,000 ਰੁਪਇਆ ਲਊਗਾ, ਉਹ ਪਾਰਟੀ ਕਿ ਤੁਹਾਡੇ ਵਾਸਤੇ ਲੜਾਈ ਲੜੂਗੀ? ਅੱਜ ਮੈਂ ਹੁਣੀ ਮੈਂ ਧਾਮੀ ਸਾਹਿਬ ਨਾਲ ਗੱਲ ਕਰ ਰਿਹਾ ਸੀ, ਅਸੀਂ ਬੰਦੀ ਸਿੱਖਾਂ ਦੀ ਗੱਲ ਕਰ ਰਹੇ ਸੀ, ਕੱਲ੍ਹ ਖੇਰਾ ਸਾਹਿਬ ਦੀ ਗੱਲ ਸੁਣੀ ਹੋਣੀ ਹੈ। 35 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ 'ਚ, 35 ਸਾਲ, 25 ਸਾਲ ਦਾ ਪਰੋਲ ਵੀ ਨਹੀਂ ਮਿਲੀ, 35 ਸਾਲ। ਹੁਣ ਮੇਰਾ ਇੱਕ ਵੀਰ ਦਿਬੜੂਗੜ ਜੇਲ੍ਹ 'ਚ ਹੈ, ਸਾਰਾ ਪੰਜਾਬ ਲੱਗਿਆ ਉਹ ਆਪਣੇ ਸਾਥੀਆਂ ਨੇ ਕਿ ਉਹਨੂੰ ਛਡਾਓ, ਉਹਨੂੰ ਛਡਾਓ, ਉਹਨੂੰ ਛਡਾਓ। ਯਾਰ ਜਿੰਨੀ ਉਸ ਮੇਰੇ ਵੀਰ ਦੀ ਉਮਰ ਹੈ ਉਹ ਤੋਂ ਵੱਧ ਤਾਂ ਖਹਿਰਾ ਸਾਹਿਬ ਦੀ ਅੰਦਰ ਜੇਲ੍ਹ ਹੈ। ਪਹਿਲੇ ਖਹਿਰਾ ਸਾਹਿਬ ਨੂੰ ਛਡਾਉਣਾ ਚਾਹੀਦਾ ਕਿ ਜਿਹੜਾ 1 ਸਾਲ ਅੰਦਰ ਹੈ? ਪਹਿਲੇ ਰਾਜਵਾਣਾ ਸਾਹਿਬ ਨੂੰ ਛਡਾਉਣਾ ਚਾਹੀਦਾ? ਨਾ ਰਾਜਵਾਣਾ ਦੀ ਗੱਲ ਕਰਦੇ ਆ, ਨਾ ਖਹਿਰਾ ਸਾਹਿਬ ਦੀ ਗੱਲ ਕਰਦੇ ਆ, ਨਾ ਕੋਈ ਬੰਦੀ ਸਿੱਖਾਂ ਦੀ ਗੱਲ ਕਰਦੇ ਆ, ਇੱਕੋ ਗੱਲ ਕਰਦੇ ਸਾਨੂੰ ਛਡਾਓ। ਯਾਰ ਇੱਥੇ ਸਟੇਜ ਭੁੰਦੜ ਸਾਹਿਬ ਬੈਠੇ ਆ, ਭੁੰਦੜ ਸਾਹਿਬ ਘੱਟ ਤੋਂ ਘੱਟ ਇਹਨਾਂ ਨੂੰ ਵੀ 7-8 ਸਾਲ NSA ਜੇਲ੍ਹ 'ਚ ਕੱਟੇ ਆ, 8 ਸਾਲ। ਬਾਦਲ ਸਾਹਿਬ ਨੇ 16 ਸਾਲ NSA 'ਚ ਜੇਲ੍ਹ ਕੱਟੀ, ਕਿਤੇ ਬਾਦਲ ਸਾਹਿਬ ਨੇ ਤਾਂ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ? ਕਿਤੇ ਬਾਦਲ ਸਾਹਿਬ ਦੇ ਪਰਿਵਾਰ ਤਾਂ ਨਹੀਂ ਧਰਨੇ ਦਿੱਤੇ ਕਿ ਸਾਡੇ ਬਾਪੂ ਨੂੰ ਛੱਡ ਦਿਓ ਜੀ, ਸਾਡੇ ਬਾਪੂ ਨੂੰ ਛੱਡ ਦਿਓ? ਯਾਰ ਅਕਾਲੀ ਦਲ ਦਾ ਇਤਿਹਾਸ ਹੈ, ਕੌਮ ਦਾ ਇਤਿਹਾਸ ਹੈ, ਨਾ ਅਸੀਂ ਜ਼ਮਾਨਤ ਮੰਗੀਏ, ਨਾ ਅਸੀਂ ਪਰੋਲ 'ਤੇ ਆਈਏ। ਤਾਈਓ ਆਪਣੀ ਪਾਰਟੀ ਨੂੰ ਸ਼ਹੀਦਾਂ ਦੀ ਜਥੇਬੰਦੀ ਕਹਿੰਦੇ ਆ, ਕਿਉਂਕਿ ਸ਼ਹਾਦਤ ਦੇਣ ਵਾਸਤੇ ਅਸੀਂ ਤਿਆਰ ਹਾਂ, ਸਿਰ ਝੁਕਾਉਣ ਵਾਸਤੇ ਤਿਆਰ ਨਹੀਂ। ਜਿਹੜੇ ਲੋਕ 1 ਸਾਲ ਜੇਲ੍ਹ 'ਚ ਨਹੀਂ ਕੱਟ ਸਕਦੇ ਉਹ ਕੀ ਤੁਹਾਡੇ ਵਾਸਤੇ ਜਾਨਾਂ ਵਾਰ ਦੇਣਗੇ? ਐਜ਼ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੀਆਂ ਵੀ ਜ਼ਿੰਮੇਵਾਰੀਆਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ, ਕੌਮ ਦੀ ਅਗਵਾਈ ਕਰ ਰਹੀ ਹੈ। ਮੈਂ ਨਹੀਂ ਚਾਹੂੰਗਾ ਕਿ ਆਪਣੇ ਨੌਜਵਾਨਾਂ ਨੂੰ ਮਾਰਿਆ ਜਾਏ, ਮੈਂ ਨਹੀਂ ਚਾਹੁੰਦਾ ਉਹ ਹਾਲਾਤ ਜਿਹੜੇ 30 ਸਾਲ ਪਹਿਲੇ ਸੀ, ਸੰਤ ਹਲੌਂਗੋਵਾਲ ਸਾਹਿਬ ਨੂੰ ਜਿਨ੍ਹਾਂ ਨੇ ਉਸ ਹਾਲਾਤਾਂ ਵਿੱਚ ਸ਼ਹੀਦ ਕੀਤਾ। ਕੀ ਤੁਸੀਂ ਚਾਹੁੰਦੇ ਹੋ ਹਾਲਾਤ? ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰਾਂ 'ਚ ਪੁਲਿਸ ਆ ਕੇ ਤੁਹਾਨੂੰ ਮਾਰੇ? ਆਪਾਂ ਕਿੱਥੇ ਜਾ ਸਕਦੇ ਹਾਂ? ਆਪਣਾ ਦੇਸ਼ ਹੈ, ਗੱਲ ਕਰਦੇ ਹੈ, ਆਪਣਾ ਦੇਸ਼ ਹੈ। ਕੀ ਆਪਾਂ ਸਾਰੇ ਚੱਕ ਕੇ ਅਮਰੀਕਾ ਚਲੇ ਜਾਵਾਂਗੇ? ਕੀ ਆਪਾਂ ਕੈਨੇਡਾ ਚਲੇ ਜਾਵਾਂਗੇ? ਆਪਣਾ ਦੇਸ਼ ਹੈ, ਆਪਣਾ ਘਰ ਹੈ, ਇਹਨੂੰ ਆਜ਼ਾਦ ਆਪਾਂ ਕਰਾਇਆ। ਮੈਂ ਤੁਹਾਨੂੰ ਸਹੀ ਦੱਸਾਂ, UP ਵਾਲੇ, ਬਿਹਾਰ ਵਾਲੇ ਨੂੰ ਵੱਧ ਹੱਕ ਆਪਣਾ ਹੈ ਸੂਬੇ 'ਤੇ, ਕਿਉਂਕਿ ਆਪਾਂ ਹੀ ਆਜ਼ਾਦ ਕਰਾਇਆ। ਕਿਤੇ ਤੁਸੀਂ ਸੁਣਿਆ ਕੋਈ UP ਵਾਲਾ ਸ਼ਹੀਦ ਹੋਇਆ ਆਜ਼ਾਦੀ ਦੀ ਲੜਾਈ ਵਿੱਚ? ਆਜ਼ਾਦੀ ਦੀ ਲੜਾਈ ਵਿੱਚ ਮੇਰੇ ਕੋਲ ਅੰਕੜੇ ਹੈ, ਤੁਸੀਂ ਹੈਰਾਨ ਰਹਿ ਜਾਓਗੇ। ਅੰਗਰੇਜ਼ਾਂ ਨੇ 121 ਲੋਕਾਂ ਨੂੰ ਫਾਂਸੀ ਦਿੱਤੀ ਸੀ ਆਜ਼ਾਦੀ ਦੀ ਲੜਾਈ ਵਿੱਚ, 121, ਅਤੇ ਉਹਦੇ 'ਚੋਂ 93 ਸਿੱਖ ਸੀ। ਦੇਖੋ ਪੂਰੇ ਦੇਸ਼ ਵਿੱਚ 121, 93 ਸਿੱਖ। 2646 ਲੋਕਾਂ ਨੂੰ ਉਮਰ ਕੈਦ ਦਿੱਤੀ, 2646 ਲੋਕਾਂ ਨੂੰ ਪੂਰੇ ਦੇਸ਼ ਵਿੱਚ ਉਮਰ ਕੈਦ ਦਿੱਤੀ।
1947 ਇਕੱਲੇ ਸਿੱਖ ਸੀ, ਕਾਲਾ ਪਾਣੀ ਜੇਲ੍ਹ ਭਰਤਾ ਆਪਣੇ ਸਿੱਖਾਂ ਨੂੰ ਉੱਥੇ ਵਾੜ ਕੇ। ਜਲਿਆਂਵਾਲਾ ਬਾਗ ਵਿੱਚ ਤਕਰੀਬਨ 1300 ਲੋਕਾਂ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ, 800 ਉੱਥੇ ਸਿੱਖ ਸੀ। ਤੁਸੀਂ ਬਹੁਤ ਲੋਕ ਇੱਥੇ ਹੋਣੇ ਆ ਜਿਹੜੇ ਪਾਕਿਸਤਾਨ ਤੋਂ ਛੱਡ ਕੇ ਇੱਥੇ ਆਏ ਆ, ਤੁਸੀਂ ਦੇਖੋ ਕਿੰਨੇ ਸ਼ਹੀਦ ਹੋ ਗਏ, ਸਾਰੇ ਕੁਰਬਾਨੀਆਂ ਦਾ ਨੁਕਸਾਨ ਤਾਂ ਆਪਣਾ ਹੋਇਆ। ਹੁਣ ਵੀ ਪਾਕਿਸਤਾਨ ਦੀ ਜੰਗ ਹੋਏ, ਬੰਬ ਡਿੱਗਦੇ ਆ ਇੱਥੇ, ਕਿਤੇ ਬੰਬ ਗੁਜਰਾਤ ਡਿੱਗਿਆ ਦੇਖਿਆ, ਕਿਤੇ ਬੰਬ ਆਂਧਰਾ ਪ੍ਰਦੇਸ਼ ਡਿੱਗਿਆ ਦੇਖਿਆ, ਬੰਬ ਡਿੱਗਦੇ ਆ ਇੱਥੇ। ਤੇ ਮੈਂ ਪਿੱਛੇ ਜੇ ਅਸੀਂ ਪਾਰਲੀਮੈਂਟ ਵਿੱਚ ਇੱਕ ਵੀਰ ਨੇ ਕੁਐਸਚਨ ਪਾਇਆ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਿੰਨੇ ਫੌਜੀ ਸ਼ਹੀਦ ਹੋਏ ਹੈ, ਕਿਹੜੇ ਸੂਬੇ ਦੇ ਉਹ ਫੌਜੀ ਹੈ। ਤੁਸੀਂ ਹੈਰਾਨ ਰਹਿ ਜਾਓਗੇ, 60% ਤੋਂ ਵੱਧ ਫੌਜੀ ਜਿਹੜੇ ਸ਼ਹੀਦ ਹੋਏ ਆ ਦੇਸ਼ ਵਾਸਤੇ ਆਪਣੇ ਪੰਜਾਬ ਦੇ। ਅੱਜ ਵੀ ਚਾਈਨਾ ਦੇ ਬਾਰਡਰ ਤੇ ਜੇ ਚੀਨੀਆਂ ਨੂੰ ਭਜਾਉਣ ਵਾਸਤੇ ਲੋੜ ਪੈਂਦੀ ਹੈ ਤੇ ਤੁਹਾਡੇ ਭਰਾਵਾਂ ਨੂੰ ਭੇਜਦੇ ਆ ਜਿਹੜੇ ਉੱਥੇ ਭਜਾਉਂਦੇ ਆ, ਜਿੱਥੇ ਪੰਗਾ ਪੈ ਜਾਏ ਤੁਹਾਨੂੰ ਭਜਾਉਂਦੇ ਆ, ਤੁਹਾਨੂੰ ਭੇਜਦੇ ਆ। ਪਰ ਧੱਕਾ ਤੁਹਾਡੇ ਨਾਲ, ਤੁਹਾਡਾ ਪਾਣੀ ਖੋਹ ਲਿਆ, ਰਾਜਧਾਨੀ ਖੋਹ ਲਈ, ਤੁਹਾਨੂੰ ਕੋਈ ਕੁਛ ਦੇਣ ਨੂੰ ਤਿਆਰ ਨਹੀਂ। ਹੁਣ ਤੁਹਾਡੀ ਜਥੇਬੰਦੀ ਨੂੰ ਖਤਮ ਕਰ ਦਿੱਤਾ, AGPC ਤੋੜ ਦਿੱਤੀ, ਹੁਣ ਨਵੀਆਂ ਤਾਕਤਾਂ ਲਿਆ ਰਹੇ ਹੈ ਕਿ ਅਕਾਲੀ ਦਲ ਦੀ ਸ਼ਕਤੀ, ਕੌਮ ਦੀ ਸ਼ਕਤੀ ਵੰਡੀ।